Короче, яка. Я кинди. ਵਾਹ ਵੀ ਮਿੱਤਰੋ ਐ ਮੈਂ ਕਹਿੰਦਾ ਸਜਾਵਟਾਂ ਸਜੂਟਾਂ ਕਰਦੇ ਮੁੰਡੇ ਵਿਆਹ ਦਾ ਛੇਣ ਆ ਵੀ ਗਏ ਲੱਗੇ ਤੇ ਚਲੋ ਫਿਰ ਹੈ ਆ ਵੀ ਗੋਪੀ ਵਧੀਆ ਵਧੀਆ ਦਾ ਕੈਮ ਆ ਪੂਰਾ ਮੋਲ ਚਾਲ ਬਣਿਆ ਪਿਆ ਬੰਦੇ ਥੋੜਾ ਥੋੜਾ ਛੱਕ ਕੇ ਖਿਲੇ ਪਏ ਆ ਜੀ ਹਾਂਜੀ ਤਾਂ ਕਿੱਦਾਂ ਮਿੱਤਰੋ ਕੀ ਹਾਲ ਚਾਲ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਅੱਜ ਅਸੀਂ ਚੱਲੇ ਸੀ ਥੋੜੀ ਜਿਹੀ ਸ਼ੋਪਿੰਗ ਕਰਨ ਤੇ ਨਾਲੇ ਤੁਹਾਨੂੰ ਮੈਂ ਕਿਹਾ ਘਰ ਦਾ ਵਿਖਾ ਦਈਏ ਮੋਲ ਕੀ ਹਾਲ ਚਾਲ ਹੈ ਤੇ ਤਿਆਰੀਆਂ ਤਿਆਰੀਆਂ ਚੱਲਣ ਦੀਆਂ ਸਾਰੀਆਂ ਉੱਧਰ ਲਾਈਟਾਂ ਲੂਟਾਂ ਲੱਗਣ ਦੀਆਂ ਤੁਸੀਂ ਵੇਖ ਸਕਦੇ ਜੇ ਐਂ ਪੂਰੀ ਓਕੇ ਰਿਪੋਰਟ ਉੱਧਰ ਜਾ ਕੇ ਵਿਖਾਉਂਦੇ ਤੁਹਾਨੂੰ ਤੇ ਬਾਕੀ ਅੱਗੋਂ ਜਿਹੜਾ ਕਰੂਗਾ ਵਲੋਗ ਸ਼ੁਰੂ ਉਹ ਕਰੂਗਾ ਦਿਲਪ੍ਰੀਤ ਸਿੰਘ ਤੇ ਨਾਲ ਖੋਣਗੇ ਉਹਦੇ ਪੰਮ ਪਰਮ ਬੰਮੂ ਗੈਂਗ ਤੇ ਬਾਕੀ ਗੱਲ ਇੱਦਾਂ ਵੀ ਅਸੀਂ ਚੱਲੇ ਹਾਂ ਜਿਹਨੂੰ ਕਹਿੰਦੇ ਆ ਤੁਹਾਨੂੰ ਹੁਣੇ ਦੱਸਿਆ ਕੰਮ ਕਾਰ ਹੀ ਥੋੜ੍ਹੇ ਜੇ ਅਤੇ ਗੱਡੀਆਂ ਗੁੱਡੀਆਂ ਧੋਤੀਆਂ ਪੂਰੀ ਓਕੇ ਰਿਪੋਰਟ ਆ ਥੋੜ੍ਹੀ ਗੰਦੀ ਕਿਉਂਕਿ ਰੇਟ ਆ ਜੀ ਥੋੜ੍ਹਾ ਜਿਹਾ ਅਤੇ ਬਾਕੀ ਚਲੋ ਤੁਹਾਨੂੰ ਮੈਂ ਉੱਧਰ ਵਿਖਾ ਕੇ ਲਿਆਉਂਦਾ ਕਿੱਦਾਂ ਮਤਲਬ ਸ਼ੋਪਿੰਗ ਸ਼ੋਪਿੰਗ ਕਹਿੰਦੇ ਵਾ ਕਿੱਦਾਂ ਮਤਲਬ ਚੱਲਣ ਡਿਆ ਸਾਰਾ ਕਾਰ ਵਿਹਾਰ ਕਿੱਦਾਂ ਚੱਲਣ ਡਿਆ ਹਾਂ ਵਿਆਹ ਦੀ ਕਾਰ ਵਿਹਾਰ ਕਿੱਦਾਂ ਚੱਲਣ ਡੇ ਹਨਾ ਤੁਹਾਨੂੰ ਹੁਣੇ ਦਿਖਾਉਂਦੇ ਆ ਹਾਂ ਤੇ ਸਿੰਮੂ ਭਾਜੀ ਨੂੰ ਨਾਲ ਖੜਦੇ ਆ ਹਾਂ ਤੇ ਬਾਕੀ ਜਿਹੜਾ ਬਾਕੀ ਭਰਾ ਨੇ ਬਲੌਗ ਸਟਾਰਟ ਕਰਤਾ ਵਿਆਹ ਦੇ ਬਾਕੀ ਜਿਹੜਾ ਜਿਹੜਾ ਅਗਲਾ ਬਾਕੀ ਜਿਹੜਾ ਅਗਲਾ ਵਲੌਗ ਹੋਊਗਾ ਉਹ ਕਰੂਗਾ ਦਿਲਪ੍ਰੀਤ ਸਿੰਘ ਜਿਹੜਾ ਜਿੱਦਾਂ ਕਿ ਤੁਹਾਨੂੰ ਦੱਸਿਆ ਨਾਲ ਪਰਮ ਉਹਦੇ ਤੇ ਤੁਹਾਨੂੰ ਘਰ ਦੀ ਨਾਲ ਹੀ ਪੇਂਟ ਪੂੰਟ ਚੱਲਣ ਡਿਆ ਵੇਖੋ ਤੁਸੀਂ ਵੇਖ ਸਕਦੇ ਜੇ ਲਾਈਟਾਂ ਵੀ ਲੱਗ ਰਹੀਆਂ ਵਾ ਤੇ ਬਾਕੀ ਇੱਧਰ ਆ ਤੁਹਾਨੂੰ ਮੈਂ ਵਿਖਾ ਕੇ ਲਿਆਵਾਂ ਹੁਣ ਇੱਧਰ ਹਲਵਾਈ ਲਏ ਆ ਆਪਣਾ ਵੀ ਓਕੇ ਬਣ ਗਏ ਆ ਵਧੀਆ ਵਾ ਸਾਰਾ ਕੁਝ ਨਿਕਲ ਗਿਆ ਜਾ ਲਿਆ ਗਿਆ ਅੰਦਰ ਆ ਕੀ ਆ ਗੁੜ ਵਾਲੇ ਸ਼ੱਕਰਪਾਰੇ ਬੜੇ ਡਿਜ਼ਾਈਨ ਜਿਹੜੇ ਬਣਾਏ ਵਧੀਆ ਜੇ ਹਾਂਜੀ ਚਲੋ ਵਧੀਆ ਗੱਲ ਵਾ ਲਿਆ ਦੋ ਵੀ ਪਾਪਾ ਬਾਕੀ ਤੇ ਜਿੱਦਾਂ ਮਿੱਤਰੋ ਜੇ ਕਿਸੇ ਨੂੰ ਲਾਈਟਾਂ ਲੂਟਾਂ ਜੇ ਲਵਾਉਣੀਆਂ ਕਿਸੇ ਨੇ ਤੇ ਸੰਪਰਕ ਕਰ ਸਕਦਾ ਕੋਈ ਨਹੀਂ ਤੁਹਾਡਾ ਸਸਤੇ ਰੇਟਾਂ 'ਚ ਕਰਾ ਦਾਂਗੇ ਕਿੱਦਾਂ ਜੀ ਵਕੀਲ ਸਾਹਿਬ ਕੀ ਹਾਲ ਚਾਲ ਜੀ ਵਧੀਆ ਤੁਸੀਂ ਸੁਣਾਓ ਓਕੇ ਰਿਪੋਰਟ ਤੇ ਬਾਕੀ ਇੱਦਾਂ ਵੀ ਹੁਣ ਕਰੀਏ ਚਾਲੇ ਪਾਈਏ ਤੇ ਉਹ ਫੋਨ ਮੈਂ ਉਹਨੂੰ ਫੜਾ ਦੇਣਾ ਹੁਣ ਕਿਉਂਕਿ ਉਹ ਕਰੂਗਾ ਵਲੋਗ ਸ਼ੁਰੂ ਤੇ ਹਾਂਜੀ ਘਰ ਵੀ ਰਹਿੰਦਾ ਤੇ ਬਾਕੀ ਲਾਈਟਾਂ ਲੂਟਾਂ ਇਹਦਾ ਇੱਧਰ ਵੀ ਹੋ ਗਈਆਂ ਤੇ ਇੱਧਰ ਵੀ ਲੱਗ ਜਾਣੀਆਂ ਓਕੇ ਰਿਪੋਰਟ ਪੂਰੀ ਡਨ ਕਰਾ ਦੇਣੀ ਹੈ ਤੇ ਚਲੋ ਫਿਰ ਹੁਣ ਮੈਂ ਫੋਨ ਫੜਾ ਦਿੰਦਾ ਉਹਨੂੰ ਤੇ ਗੋਪੀ ਤੇ ਵਲੋਗ ਵਲਾਗ ਤੁਸੀਂ ਨਾਲ ਬਣਾ ਦਿਓ ਸਾਰਾ ਦਰਸ਼ਕਾਂ ਨੂੰ ਸਾਰਿਆਂ ਨੂੰ ਵਿਖਾਓ ਕਿੱਦਾਂ ਕੀ ਹਿਸਾਬ ਕਿਤਾਬ ਆ ਸਾਰਿਆਂ ਨੂੰ ਓਕੇ ਰਿਪੋਰਟ ਲਓ ਜੀ ਅਸੀਂ ਆ ਗਏ ਹਾਂ ਤੇ ਤੁਸੀਂ ਕਿੱਥੇ ਚੱਲੇ ਜੇ ਚੱਲੇ ਬੜੀ ਦੂਰ ਕਿੱਥੇ ਚੱਲੇ ਜੇ ਪਤਾ ਲੱਗਣਾ ਕਿੱਥੇ ਕਿੱਥੇ ਦੱਸ ਤੇ ਦੋ ਅਸੀਂ ਮਿੱਤਰੋ ਨਿਕਲ ਲੱਗੇ ਹੁਣ ਕਪੂਰਥਲੇ ਵੱਲ ਤੇ ਨਾਲੇ ਪੈਲਸ ਪੁਲਸ ਦਾ ਓਕੇ ਕਰ ਲਈਏ ਤੇ ਬਾਕੀ ਤੁਹਾਨੂੰ ਹੁਣ ਕੰਟੀਨਿਊ ਕਰਨਗੇ ਦਿਲਪ੍ਰੀਤ ਸਿੰਘ ਬਲੱਗਣ ਦੇ ਨਾਲ ਕਰਨਗੇ ਪੰਮੂ ਖੈਂਗ ਪੰਮੂ ਖੈਂਗ ਗੱਲ ਕੈਮਰਾ ਘੁਮਾ ਦੋ ਥੋੜਾ ਓਏ ਆ ਯਾ ਆਫ ਕੋਰਸ ਤੇ ਹਾਂਜੀ ਤੁਸੀਂ ਕੀ ਕਹਿੰਦੇ ਵਕੀਲ ਸਾਹਿਬ ਮੈਂ ਜਾਗੋ ਵਾਲੇ ਆ ਕਿਹੜੇ ਜਾਗੋ ਵਾਲੇ ਸਾਡੇ ਪੈ ਆਹੋ ਉਹ ਪੇ ਗੱਡੀ ਦੇ ਉੱਤੇ ਤੇ ਹੁਣ ਅਸੀਂ ਜਾਂਦੇ ਆ ਤੇ ਸਿੰਮੂ ਨਹੀਂ ਵੱਖਰੇ ਚੱਲੇ ਅਸੀਂ ਵੱਖਰੇ ਚੱਲੇ ਮੈਂ ਤੇ ਓਕੇ ਜਾਓ ਤਾਂ ਜਿੰਨੇ ਫੜਿਆ ਹਾਂਜੀ ਤੇ ਬਾਕੀ ਵੱਖਰਾ ਚੱਲਾ ਤੇ ਜਾਵੇ ਇਦਾਂ ਵੀ ਗਾੜੀ ਹੁਣ ਇਹਨਾਂ ਨੇ ਜਿਹੜਾ ਤੁਹਾਨੂੰ ਘਰ ਘੁਰ ਵਿਖਾਉਂਦੇ ਚੰਗੀ ਤਰ੍ਹਾਂ ਸਾਰੀ ਇਨਫੋਰਮੇਸ਼ਨ ਦਿੰਦੇ ਜਿਹੜੇ ਦਰਸ਼ਕ ਆਪਾਂ ਨੂੰ ਵੇਖਦੇ ਵੀ ਵਿਆਹ ਵੀ ਉਹ ਕਹਿੰਦੇ ਕਿਹਦਾ ਵਾ ਸਾਰੀ ਹੁਣ ਤੁਹਾਨੂੰ ਦੱਸਾਂਗੇ ਤੇ ਅੱਜ ਵਲੋਗ ਜਿਹੜਾ ਆਜੂਗਾ ਉਹ ਵੀ ਨਾਲ ਨਾਲ ਪੁਰਾਣੇ ਵਲੋਗ ਵੇਖੀ ਜਾਓ ਜਿਹੜਾ ਸਿੱਧਾ ਇੱਥੇ ਆ ਗਿਆ ਉਹ ਪੁਰਾਣੇ ਵਲੋਗ ਵੇਖੀ ਜਾਓ ਤਾਂ ਚਲੋ ਫਿਰ ਬਾਕੀ ਤੁਹਾਨੂੰ ਹਲਵਾਈਆਂ ਨਾਲ ਮਿਲਾਉਂਦੇ ਮਿਲਾਵਾ ਤਾਂ ਕਿ ਨਹੀਂ ਮਿਲਾਓ ਮਿਲਾਓ ਚੰਗੀ ਚਲੋ
ਸਿਮੂ ਵੇਖੀ ਲੱਗਾ ਹੁਣ ਲਾਈਵ ਹੁਣ ਲੱਗਾ ਸਿਮੂ ਹੈ ਓਏ ਮੈਂ ਲੱਗਾ ਲਾਈਵ ਹੁਣ ਦੇਖੀ ਜਾਣ ਲੱਗਾ ਛੇਤੀ ਜਾਓ ਸਿਰ ਪੀੜ ਹੋਣ ਡੈ ਪਈ ਕੁੜੀ ਜਾ ਤੁਹਾਡੇ ਵੱਲ ਵੇਖ ਨਿਕਲੋ ਨਿਕਲੋ ਕੀ ਖਾਦਾ ਤੂੰ ਅੱਜ ਕੀ ਖਾਦਾ ਕੱਟੇ ਨੂੰ ਰਿੰਗੀ ਮਾਮਾ ਵੀ ਇੱਥੇ ਇੱਦਾਂ ਹੁਣ ਲੱਗਣ ਡੀ ਹੈ ਨਾ ਜਦੋਂ ਜਾਗ ਗਿਆ ਤੂੰ ਵੇਖੀ ਨਾ ਜਗਿਆ ਚ ਨਾਲੇ ਉਹ ਕਹਿੰਦਾ ਸੀਗਾ ਵੀ ਇੰਨੀ ਇੰਨੀ ਲਾਈਟ ਤੇ ਬਾਹਰ ਹੋਣੀ ਆ ਜਾਗੀਆਂ ਨਾਲ ਇਦਾਂ ਹੋਏ ਨਹੀਂ ਉਦੋਂ ਜੱਗ ਮੱਗ ਹੋਣੀ ਵੇਖੀ ਕਿਉਂ ਮੰਨਦਾ ਗੋਪੀ ਨੂੰ ਜੱਗ ਮੱਗ ਤੇ ਤੇਰੀ ਕਰਾਉਨੇ ਰੋਜ ਕੰਮ ਜਾ ਲੈਂਦੇ ਕਹਿ ਮੈਂ ਕਹਣਾ ਨੂੰ ਜੱਗ ਮੱਗ ਤੇਰੀ ਕਰਾਉਨੇ ਆ ਜੀ ਕੰਮ ਬਹੁਤ ਬੜੇ ਪਏ ਹਲੇ ਫੇਰ ਕੀ ਹੋ ਗਿਆ ਪਏ ਤੇ ਕਰ ਲਈ ਇਦਾਂ ਵੀ ਵਿਆਹ ਪੂਰਾ ਛੋਲਾਂ ਨਾਲ ਨਾਲ ਪੈਲਸ ਦੇ ਵਿੱਚ ਵੀ ਵਿਖਾਵਾਂਗੇ ਤੇ ਡੀਜੇ ਲੱਗਣਗੇ ਇੱਥੇ ਡੀਜੇ ਇੱਥੇ ਹੈ ਕਿ ਇੱਥੇ ਨਹੀਂ ਨਹੀਂ ਇੱਥੇ ਪੂਰੇ ਪੂਰੇ ਇਦਾਂ ਲੱਗਣਗੇ ਚੈੱਕ ਕਰ ਲਓ ਹੁਣ ਚੈੱਕ ਕਰ ਲਓ ਤੁਹਾਨੂੰ ਬਾਅਦ ਚ ਵੀ ਚੈੱਕ ਕਰਾਵਾਂਗੇ ਚਾਚਾ ਵੀ ਆ ਗਿਆ ਓ ਜੀ ਗਾਣਾ ਸੁਣੀਆ ਜੀ ਚਾਚੇ ਦੇ ਕੀ ਗਾਣਾ ਮੈਂ ਉਧਰ ਚਾਚਾ ਵੀ ਆ ਗਿਆ ਓ ਚਾਚੇ ਦੀ ਕੋਈ ਨਹੀਂ ਚਾਚਾ ਆ ਰਿਹਾ ਦੋਸਤ ਇੱਧਰ ਵੇਖ ਆ ਇੱਥੋਂ ਪੂਰਾ ਵੇੜਾ ਵੱਲ ਦੇਣਾ ਡੀਜੇ ਤੇ ਆ ਉੱਤੇ ਵੀ ਹੋਣਗੇ ਚੀਜ਼ਾਂ ਜਿਹੜੀਆਂ ਘੁੰਮਣ ਘੁੰਮਣ ਆਹੋ ਆਹੋ ਲੈਟਾਂ ਜਿਹੜਾ ਪਿੰਡ ਪਤਾ ਲੱਗੂ ਬਹਿ ਕੇ ਪੀਣਾ ਮਾਮਾ ਇਦਾਂ ਲੱਤਾਂ 'ਚ ਚਾਰ ਆ ਜਾਂਦੀ ਲੈ ਇਹਦੀ ਸੁਣ ਲਓ ਵੱਧ ਕੇ ਗਵਾ ਲਿਆ ਇਹਦੇ ਦੇ ਭੁਰ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ ਚਲੋ ਜੀ ਜਾਓ ਜਾਓ ਕੋਈ ਨਹੀਂ ਆ ਤੈਨੂੰ ਕੋਈ ਨਹੀਂ ਆ ਜਾ ਬਹਿ ਜਾ ਗੋਪੀ ਜਾ ਡਿਮਾਂਡ ਆਈ ਆ ਤੁਹਾਨੂੰ ਜਲਦੀ ਇੱਥੇ ਵੀ ਮਿਲਾਂਗੇ ਤੇ ਕਿੱਥੇ ਨਾਲ ਬਣੇ ਰੋ ਬੋਲੋ ਅੱਛੇ ਮੋਡੀਫਿਕੇਸ਼ਨ ਵਾਲੀ ਮੋਡੀਫਿਕੇਸ਼ਨ ਵਾਲੀ ਓਕੇ ਟਰੈਕਟਰ ਵੀ ਤੁਹਾਨੂੰ ਪਤਾ ਉਦਾਂ ਲੱਗਾ ਹਲੇ ਟਰੈਕਟਰ ਦੀ ਕੋਈ ਇਦਾਂ ਅਸੀਂ ਕੀਤੀ ਨਹੀਂ ਸਿੰਪਲ ਹੀ ਆ ਸਭ ਕੁਝ ਫਿੱਟ ਕਰਤਾ ਜਰਸੀ ਵਾਲਾ ਫਿੱਟ ਕਰਤਾ ਬਾਕੀ ਜੇ ਮੇਲੇ ਦੀ ਜੇ ਤੇ ਵਿਆਹ ਪਹਿਲਾਂ ਪਹਿਲਾਂ ਮੁੱਕ ਗਿਆ ਮੇਲੇ ਤੱਕ ਫੇਰ ਲੈ ਕੇ ਜਾਵਾਂਗੇ ਇਹਨੂੰ ਮੋਡੀਫਿਕੇਸ਼ਨ ਕਰਕੇ ਤੇ ਸਮਾਨ ਲੈ ਜਾਣਾ ਇੱਕ ਦੋ ਗੱਡੀ ਦੀਆਂ ਨੰਬਰ ਪਲੇਟਾਂ ਆ ਗਈਆਂ ਸਾਰਿਆਂ ਨੂੰ ਦੱਸ ਦਈਏ ਗੱਡੀ ਦੀਆਂ ਨੰਬਰ ਵੀ ਕਰੋ ਚੈੱਕ ਨੰਬਰ ਚੈੱਕ ਕਰੋ 9993 ਇਹ ਅਸੀਂ ਲਿਆਈ 10,000 ਦਾ ਨੰਬਰ ਐਕਸਟਰਾ ਜੰਪ ਕਰਾਇਆ ਸੀ ਓਕੇ ਤੇ ਚਲੋ ਇੱਧਰ ਵੇ ਮੇਰੀ ਗੱਲ ਸੁਣ ਕੀ ਆ ਰਾ ਕੀ ਖਾਦਾ ਤੂੰ ਅੱਜ ਕੀ ਖਾਦਾ ਕੱਟੇ ਨੂੰ ਰਿੰਗੀ ਜਾਂਦਾ ਮਾਮਾ ਵੀ ਇੱਥੇ ਇਦਾਂ ਹੁਣ ਲੱਗਣ ਡੀ ਹੈ ਨਾ ਜਦੋਂ ਜਾਗ ਗਿਆ ਤੂੰ ਵੇਖੀ ਨਾ ਜਗਿਆਂ ਚ ਨਾਲੇ ਉਹ ਕਹਿੰਦਾ ਸੀਗਾ ਵੀ ਇੰਨੀ ਇੰਨੀ ਲਾਈਟ ਤੇ ਬਾਹਰ ਹੋਣੀ ਆ ਜਾਗੀਆਂ ਨਾਲ ਇਦਾਂ ਹੋਏ ਨਹੀਂ ਉਦੋਂ ਜੱਗ ਮੱਗ ਹੋਣੀ ਵੇਖੀ ਕਿਉਂ ਮੰਨਦਾ ਗੋਪੀ ਨੂੰ ਜੱਗ ਮੱਗ ਤੇ ਤੇਰੀ ਕਰਾਉਨੇ ਰੋਜ ਕੰਮ ਜਾ ਲੈਂਦੇ ਕਹਿ ਮੈਂ ਕਹਣਾ ਨੂੰ ਜੱਗ ਮੱਗ ਤੇਰੀ ਕਰਾਉਨੇ ਆ ਜੀ ਕੰਮ ਬਹੁਤ ਬੜੇ ਪਏ ਹਲੇ ਫੇਰ ਕੀ ਹੋ ਗਿਆ ਪਏ ਤੇ ਕਰ ਲਈ ਇਦਾਂ ਵੀ ਵਿਆਹ ਪੂਰਾ ਛੋਲਾਂ ਨਾਲ ਨਾਲ ਪੈਲਸ ਦੇ ਵਿੱਚ ਵੀ ਵਿਖਾਵਾਂਗੇ ਤੇ ਡੀਜੇ ਲੱਗਣਗੇ ਇੱਥੇ ਡੀਜੇ ਇੱਥੇ ਹੈ ਕਿ ਇੱਥੇ ਨਹੀਂ ਨਹੀਂ ਇੱਥੇ ਪੂਰੇ ਪੂਰੇ ਇਦਾਂ ਲੱਗਣਗੇ ਚੈੱਕ ਕਰ ਲਓ ਹੁਣ ਚੈੱਕ ਕਰ ਲਓ ਤੁਹਾਨੂੰ ਬਾਅਦ ਚ ਵੀ ਚੈੱਕ ਕਰਾਵਾਂਗੇ ਚਾਚਾ ਵੀ ਆ ਗਿਆ ਓ ਜੀ ਗਾਣਾ ਸੁਣੀਆ ਜੀ ਚਾਚੇ ਦੇ ਕੀ ਗਾਣਾ ਮੈਂ ਉਧਰ ਚਾਚਾ ਵੀ ਆ ਗਿਆ ਓ ਚਾਚੇ ਦੀ ਕੋਈ ਨਹੀਂ ਚਾਚਾ ਆ ਰਿਹਾ ਦੋਸਤ ਇੱਧਰ ਵੇਖ ਆ ਇੱਥੋਂ ਪੂਰਾ ਵੇੜਾ ਵੱਲ ਦੇਣਾ ਡੀਜੇ ਤੇ ਆ ਉੱਤੇ ਵੀ ਹੋਣਗੇ ਚੀਜ਼ਾਂ ਜਿਹੜੀਆਂ ਘੁੰਮਣ ਘੁੰਮਣ ਆਹੋ ਆਹੋ ਲੈਟਾਂ ਜਿਹੜਾ ਪਿੰਡ ਪਤਾ ਲੱਗੂ ਬਹਿ ਕੇ ਪੀਣਾ ਮਾਮਾ ਇਦਾਂ ਲੱਤਾਂ 'ਚ ਚਾਰ ਆ ਜਾਂਦੀ ਲੈ ਇਹਦੀ ਸੁਣ ਲਓ ਵੱਧ ਕੇ ਗਵਾ ਲਿਆ ਇਹਦੇ ਦੇ ਭੁਰ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ ਚਲੋ ਚਲੋ ਜੀ ਜਾਓ ਜਾਓ ਕੋਈ ਨਹੀਂ ਆ ਤੈਨੂੰ ਕੋਈ ਨਹੀਂ ਆ ਜਾ ਬਹਿ ਜਾ ਗੋਪੀ ਜਾ ਡਿਮਾਂਡ ਆਈ ਆ ਕਿੱਥੇ ਟਾਈਮ ਨਹੀਂ ਲੱਗਣ ਡਿਆ ਕਿਉਂਕਿ ਵਿਆਹਾਂ ਤੇ ਦੇਣ ਵਾ ਤੇ ਤੁਹਾਨੂੰ ਜਲਦੀ ਇੱਥੇ ਵੀ ਮਿਲਾਂਗੇ
ਤੇ ਨਾਲ ਬਣੇ ਰੋ ਹਲਵਾਈਆਂ ਨਾਲ ਗੱਲ ਪੈ ਜਾਣਗੀ ਤੁਸੀਂ ਹੋ ਜਾ ਬਣਾ ਲੈਂਦੇ ਅਸੀਂ ਇੱਕ ਹੋਰ ਲੈ ਕੇ ਆਉਣੀ ਦੇਵਾਂਗੇ ਕਰੋ ਚੈੱਕ ਲੜੀਆਂ ਜਾਣਾ ਕਿੱਥੇ ਹੁਣ ਚੱਲ ਫਿਰ ਚੱਲੀਏ ਸਮਾਨ ਤੇ ਲੈਣ ਜਾਣਾ ਲਓ ਜੀ ਅੰਕਲ ਜੀ ਕਰਦਾ ਖਰਾਬੀਆਂ ਚੱਲ ਅੰਦਰ ਚਲੋ ਜੀ ਚੱਲ ਲੋੜ ਹੀ ਨਹੀਂ ਲੋ ਵੀ ਅੱਛਾ ਦੇਤਾ ਕੋਟ ਛੋੜ ਲਿਆ ਨੀ ਗਿਆ ਕਿਉਂਕਿ ਕੰਮ ਬੜੇ ਨੇ ਤੁਹਾਨੂੰ ਪਤਾ ਹੀ ਹੈ ਕੰਮ ਹੈ ਹੀ ਬੜੇ ਜ਼ਿਆਦਾ ਚੱਲ ਫਿਰ ਚੱਲੀਏ ਇਹ ਕਾਦੀਆਂ ਦਾ ਪੂਰਾ ਮਸ਼ਹੂਰ ਆ ਕਰੋ ਟੈਕੜੀਆਂ ਕਾਦੀਆਂ ਦੀਆਂ ਫਿਰ ਬਾਜ਼ਾਰ ਜਿਹਾ ਕਰੋ ਮੁੰਡੇ ਆ ਗਏ ਪਿੰਡ ਇੱਥੇ ਆ ਗਏ ਪਿੰਡ ਮੇਰੇ ਵੀ ਦੀ ਉਹ ਚੈੱਕ ਕਰੋ ਦੁਬਾਰਾ ਲਓ ਬਾਈ
ਫਿਰ ਚੈੱਕ ਲੜੀਆਂ। ਆਹ ਕੰਮ ਵਧੀਆ ਕੀਤਾ ਹੋਣਾ ਇਹਨਾਂ ਨੇ, ਇਹ ਰਾਤੀ ਵਿਖਾਵਾਂਗੇ ਹੁਣ। ਚਾਣੀ ਏ ਬਣਿਆ ਸਲਾਹ ਤੇ ਦੇਖ ਕੇ ਆਈਏ। ਚਲੋ ਮਿੱਤਰੋ ਆਇਓ, ਵੇਖ ਕੇ ਨੇ ਲੜੀਆਂ ਕਿੰਨੀਆਂ ਕੁ ਲੱਗੀਆਂ ਉਹਦੇ ਤਾਂ ਵੀ ਬਖੋਨੇ। ਮਤਲਬ ਉਹਨਾਂ ਨੂੰ ਦੱਸ ਦੇ ਗੈਪ ਘੱਟ ਰੱਖਣਾ ਵਾ, ਉਹਨਾਂ ਵੀ ਗੈਪ ਵੱਧ ਦੱਸਦੇ ਇਹਦੇ ਮੰਗਾ ਕਰੇ ਹਨਾ ਸਿਰ ਪਾਰ ਜਿਹੜੀ ਕਿਵੇਂ ਆ ਗੈਪ ਵੱਧ ਰੱਖੀ। ਚੱਲ ਉਹ ਵੇਖੀ ਲੜੀਆਂ ਨਾ ਲਾ ਦੀ ਤਾਂ ਕਿਆ ਆ ਇੱਥੇ ਵੀ ਲਾਉਣੀਆਂ ਹੀ ਆ ਥੱਲੇ ਥੱਲੇ ਚਲਾ ਉੱਤੇ ਆ ਉੱਤੇ ਆ ਹਾਂ ਠੀਕ ਜੇ ਗੁੱਡਿਆਂ ਦਾ ਸ਼ੌਂਕ ਵੇਖ ਲਓ ਕੰਮ ਛੱਡ ਗਈ ਵਿੱਚ ਹੀ ਉਹਦੇ ਨਾਲ ਲਾਓ ਪੇਚਾ ਉਹ ਕਿਹੜਾ ਡੰਡਿਆ ਦੂਜੀਆਂ ਖੱਟੀਆਂ ਜਿਹੜੀਆਂ ਖੱਟੀਆਂ ਸਾਰੀਆਂ ਅੱਛਾ ਉਹ ਮੋਗੀਆਂ ਚਿੱਟੀਆਂ ਲੱਗਣ ਡੇ ਹਨ ਕਲਰ ਸੇਮ ਉੱਤੋਂ ਓਦਾਂ ਹੀ ਉਹ ਵਾ ਲਓ ਬਈ ਕਹਿੰਦੇ ਮੁੰਡੇ ਚੱਲੇ ਆ ਡੱਬਾ ਲੈਣ ਡੱਬਾ ਲੈ ਆਈਏ ਡੱਬਾ ਪਿੰਡ ਹੀ ਦੇਣਾ ਵਾ ਤੇ ਦੇ ਕੇ ਤੇ ਫਿਰ ਆਉਂਦੇ ਹਾਂ ਤੇ ਕੋਈ ਚਾਹ ਬਣੀ ਪੀਂਦੇ ਹਾਂ ਬੁੱਢਾ ਮੁੰਡਿਆਂ ਨੇ ਕਹਿੰਦੇ ਹੱਥੋਂ ਤੋੜਦਾ ਡੋਰਾ ਮੋਗੀ ਇਹਦੇ ਡੋਰਾ ਮੋਗੀ ਹੈ ਚਲੋ ਚੈੱਕ ਪੈਣ ਦਾ ਵੀ ਲੋ ਵੀ ਮਿੱਤਰੋ ਖਜ਼ਾਨਾ ਹੈ ਜੀ ਖਜ਼ਾਨਾ ਕਰੋ ਚੈੱਕ ਇਹ ਕਹਿੰਦੇ ਨਹੀਂ ਹੁੰਦੇ ਕਿ ਆਹ ਕਮਰੇ ਚਾਬੀ ਜੇਕੋ ਹੋਣਾ ਉਹ ਸਮਝ ਲਓ ਕਿ ਉਹ ਮੇਨ ਬੰਦਾ ਉਹ ਨਾਲੇ ਉਹਦੇ ਨਿਆਦੇ ਆ ਹੈ ਬੰਮੂ ਮੈਂ ਜੇਕੋ ਆਹ ਕਮਰੇ ਚਾਬੀ ਆ ਉਹ ਨਿਆਰਾ ਵਿਆਹ ਵਾਲੇ ਘਰ ਤੇ ਕਰੋ ਚੈੱਕ ਮਾੜਾ ਆ ਹੋਈ ਕਰੋ ਆਏ ਹਾਏ ਹਾਏ ਇਹ ਕਾਰਵਾਈ ਪਾਵਾਂਗੇ ਰਾਤੀ ਕੋਈ ਚੱਕਰ ਨੀ ਉੱਠ ਉੱਠ ਪਾਉਣੀ ਪਏ ਹੋਏ ਬਸ ਜਦੋਂ ਬਾਬੇ ਵਾਲੀ ਨਿਕਲ ਗਈ ਤੇ ਇਹ ਕਾਰਵਾਈ ਪਾ ਦੇਣੀ ਬਾਕੀ ਹਲੇ ਹਲਵਾਈ ਤੇ ਡੇ ਆ ਦੂਜੇ ਪਾਸੇ ਤੇ ਬਾਕੀ ਚਲੋ ਜੀ ਕਰੋ ਚੈੱਕ ਵਧੀਆ ਲੱਗ ਗਿਆ ਨਾ ਪੰਮੂ ਆਹ ਕੰਧ ਵੀ ਲਵਾਉਣੀ ਆ ਸਵੇਰੇ ਕੰਧ ਤੇ ਵੀ ਉਹ ਦੋਵਾਂ ਕੰਧਾਂ ਦੇ ਲਓ ਵੀ ਮਿੱਤਰੋ ਕਰੋ ਚੈੱਕ ਫਿਰ ਬਲੋਕ ਕਰ ਦੀ ਐਂਡ ਚਲੋ ਜੀ ਆਹੀ ਐਦਾਂ ਦੇ ਦੇਣੀ ਸੀ ਤੇ ਫਿਰ ਹੁਣ ਕੱਲ੍ਹ ਨਵੀਂ ਸ਼ੁਰੂਆਤ ਕਰਾਂਗੇ ਮਿਲਦੇ ਹਾਂ ਫਿਰ ਅਗਲੇ ਬਲੋਕ 'ਚ।